ਦੇ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਦੇ ਵਪਾਰੀਆਂ ਨੂੰ ਸੜਕਾਂ ਉੱਪਰ ਖੜੇ ਗੰਦੇ ਪਾਣੀ ਕਾਰਨ ਲੰਘਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਉੱਥੋਂ ਦੇ ਵਪਾਰੀਆਂ ਨੇ ਆਖਿਆ ਹੈ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਾਫ਼ ਸਫਾਈ ਦੇ ਨਾਮ ਤੇ ਖੋਖਲੇ ਦਾਅਵੇ ਹੀ ਕੀਤੇ ਜਾਂਦੇ ਹਨ, ਪਰ ਕੰਮ ਕੋਈ ਨਹੀਂ ਹੋ ਰਿਹਾ। ਅਤੇ ਉਹਨਾਂ ਆਖਿਆ ਕਿ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਸਰਕਾਰ ਨੂੰ ਕਰੋੜਾਂ ਰੁਪਏ ਦੇ ਹਿਸਾਬ ਨਾਲ ਟੈਕਸ ਭਰਦਾ ਹੈ, ਪਰ ਇਸ ਦੀ ਸਾਫ਼ ਸਫਾਈ ਵੱਲ ਕਿਸੇ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ। ਅਤੇ ਸੜਕਾਂ ਉੱਪਰ ਖੜਾ ਸੀਵਰੇਜ ਦਾ ਗੰਦਾ ਪਾਣੀ ਜਿਸ ਨਾਲ ਕਾਫੀ ਬਿਮਾਰੀਆਂ ਲੱਗ ਰਹੀਆਂ ਹਨ। ਅਤੇ ਉਹਨਾਂ ਨੇ ਦੱਸਿਆ ਕਿ ਫੈਕਟਰੀ ਵਿੱਚ ਆਉਣ ਲਈ ਬੜੀ ਮੁਸ਼ਕਲ ਹੁੰਦੀ ਹੈ। ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਅਤੇ ਸੜਕਾਂ ਉੱਪਰ ਖੜਾ ਗੰਦਾ ਪਾਣੀ ਸ਼ਹਿਰ ਨੂੰ ਸ਼ਰਮਸਾਰ ਕਰ ਰਿਹਾ ਹੈ। ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜਿਸ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਫੋਕਲ ਪੁਆਇੰਟ ਦੇ ਵਪਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਵੱਲ ਧਿਆਨ ਦੇਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਪਿਛਲੇ ਡੇਢ ਸਾਲ ਤੋਂ ਸੀਵਰੇਜ ਡੈੱਡ ਪਿਆ, ਸੜਕਾਂ ਪਈਆਂ, ਸਟਰੀਟ ਲਾਈਟ ਇੱਥੇ ਚੱਲਦੀ ਨਹੀਂ ਪਈ, ਖੱਡੇ ਪਏ ਆ, ਕੂੜਾ ਜਿਹੜਾ ਲਿਫਟਿੰਗ ਹੁੰਦਾ ਨਹੀਂ ਪਿਆ ਢੰਗ ਨਾਲ, ਬਿਲਕੁਲ ਬਹੁਤ ਬੁਰਾ ਹਾਲ ਹੈ। ਜਿੱਥੇ ਸਾਡੇ ਜਿੰਨਾ ਵੀ ਇੱਥੇ ਪ੍ਰੋਡਕਟ ਤਿਆਰ ਹੁੰਦਾ ਸਾਰਾ ਆਲ ਇੰਡੀਆ ਦੇ ਵਿੱਚ ਆਊਟ ਆਫ ਕੰਟਰੀ 'ਚ ਜਾ ਰਿਹਾ। ਜੇ ਕੋਈ ਸਾਡੇ ਕੋਲ ਵਪਾਰੀ ਆਉਂਦਾ ਵੀ ਆ ਤਾਂ ਉਹਨੂੰ ਪਹਿਲੇ ਲਿਆਉਣਾ ਮੁਸ਼ਕਲ ਹੁੰਦਾ ਇੱਥੇ, ਜੇ ਆਉਂਦਾ ਤਾਂ ਉਹ ਸਾਨੂੰ ਕਹਿੰਦਾ ਜੀ ਆ ਤੁਹਾਡੀ ਸਮਾਰਟ ਸਿਟੀ ਹੈ, ਸਮਾਰਟ ਸਿਟੀ ਛੱਡ ਕੇ ਅਤੇ ਇਹਦੇ ਜੰਗਲ ਨਾਲ ਵੀ ਭੈੜਾ ਹਾਲ ਹੈ, ਇੱਕ ਗੰਦਾ ਨਾਲਾ ਮਤਲਬ ਕਿ ਜਿਹਨੂੰ ਕਹਿ ਸਕਦੇ ਹੋ ਤੁਸੀਂ ਉਹ ਬਣਿਆ ਆ। ਇੱਥੇ 450 ਫੈਕਟਰੀਆਂ, 50 ਕਰੋੜ ਤੋਂ ਲੈ ਕੇ 100 ਕਰੋੜ ਰੁਪਏ ਤੱਕ ਅਸੀਂ ਰੈਵੀਨਿਊ ਦਿੰਦੇ ਪਏ ਅਤੇ ਤਦ ਸਾਡਾ ਇਹ ਹਾਲ ਹੈ। ਪੀਣ ਵਾਲਾ ਪਾਣੀ ਗੰਦਾ ਹੋ ਗਿਆ, ਬਿਮਾਰੀ ਦਾ ਘਰ ਫੈਲ ਗਿਆ। WHO ਦੀ ਰਿਪੋਰਟ ਦੇ ਮੁਤਾਬਕ ਪਿੱਛੇ ਇੱਕ ਆਇਆ ਸੀ ਵਟਸਐਪ ਦੇ ਉੱਤੇ ਕਿ ਨਾ ਕੈਂਸਰ ਦੇ ਪੇਸ਼ੈਂਟ ਸਾਨੂੰ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਹੋ ਗਏ ਆ। ਇੰਡਸਟਰੀਅਲਿਸਟ ਅਸੀਂ ਸਾਰੇ ਫੋਕਲ ਪੁਆਇੰਟ 'ਚ ਨਰਕ ਵਰਗਾ ਜੀਵਨ ਜੀਣ ਦੀ ਮਜਬੂਰ ਹੈਗੇ ਹਾਂ। ਇੱਥੇ ਪਾਣੀ ਦੇ ਢੇਰ ਲੱਗੇ ਆ, ਦੇਖੋ ਸਾਰਾ ਪਾਣੀ ਸਾਰਾ ਸੀਵਰੇਜ ਦਾ ਪਾਣੀ ਹੈ, ਸੀਵਰੇਜ ਬਲੋਕ ਹੈ, 1.5 ਸਾਲ ਤੋਂ ਬਲੋਕ ਹੈ, ਬਿਲਕੁਲ ਕੋਈ ਇਹਦੇ 'ਚ ਸਫਾਈ ਨਹੀਂ ਹੋਈ, ਕੋਈ ਡੀਸਿਲਟਿੰਗ ਨਹੀਂ ਹੋਈ, ਕਿਸੇ ਤਰ੍ਹਾਂ ਦਾ ਕੋਈ ਸੀਵਰ ਬਿਲਕੁਲ ਹੀ ਠੱਪ ਪਿਆ, ਸਾਰਾ ਪਾਣੀ ਸੜਕਾਂ 'ਤੇ ਚੱਲ ਰਿਹਾ, ਉਹਦੇ ਨਾਲ ਫੈਕਟਰੀਆਂ ਦੇ ਅੰਦਰ ਅਪਰੋਚ ਹੀ ਨਹੀਂ ਹੈਗੀ, ਕੋਈ ਪੈਦਲ ਵੀ ਨਹੀਂ ਜਾ ਸਕਦਾ, ਗੱਡੀਆਂ 'ਤੇ ਜੇ ਕੋਈ ਪਹੁੰਚਦਾ ਤਾਂ ਬੜੀ ਮੁਸ਼ਕਲ, ਗੱਡੀਆਂ ਫਸ ਜਾਂਦੀਆਂ ਰਸਤੇ ਦੇ ਵਿੱਚ ਹੀ। ਸਾਡੀ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਹਦੀ ਡੀਸਿਲਟਿੰਗ ਕਰਾ ਕੇ ਇਹਨੂੰ ਜਿਸ ਤਰ੍ਹਾਂ ਵੀ ਹੋ ਸਕੇ ਇਹਨੂੰ ਸਾਰਾ ਸੀਵਰ ਨਿਕਾਸੀ ਕਰਾਈ ਜਾਏ, ਪਾਣੀ ਦੀ ਸੀਵਰ ਸੁਚਾਰੂ ਰੂਪ ਨਾਲ ਚੱਲੇ ਅਤੇ ਇੱਥੇ ਸੜਕਾਂ ਬਣਵਾਈਆਂ ਜਾਣ। ਇਹ ਸੀਵਰੇਜ ਦਾ ਪਾਣੀ ਹੈ, ਮੇਨ ਪਾਣੀ ਜਿਹੜਾ ਸੀਵਰੇਜ ਇੰਨੇ ਬਲੋਕ ਆ ਕਿ ਇਹ ਬੈਕ ਮਾਰਦੇ ਆ, ਬੈਕ ਮਾਰਨ ਨਾਲ ਪਾਣੀ ਜਿਹੜਾ ਸੀਵਰੇਜ ਤੋਂ ਬਾਹਰ ਨਿਕਲ ਰਿਹਾ, ਉਹਦੇ ਕਰਕੇ ਵੀ ਪਾਣੀ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਰਹਿੰਦਾ। ਬਰਸਾਤਾਂ ਤਾਂ ਹੁਣ ਹੋਈਆਂ ਸ਼ੁਰੂ, ਬਰਸਾਤਾਂ ਦਾ ਵੀ ਚਲੋ ਪਾਣੀ ਹੈ, ਜਿੰਨਾ ਤੱਕ ਸੀਵਰ ਸਾਫ਼ ਨਹੀਂ ਹੋਣਗੇ ਉਨਾ ਚਿਰ ਪਾਣੀ ਕਿੱਥੋਂ ਨਿਕਲੇਗਾ। ਅੰਮ੍ਰਿਤਸਰ ਦੇ ਫੋਕਲ ਪੁਆਇੰਟ ਦੇ ਵਪਾਰੀਆਂ ਦਾ ਜੀਣਾ ਮੁਸ਼ਕਲ ਹੋਇਆ, ਉਹਨਾਂ ਨੇ ਮੰਗ ਕੀਤੀ ਹੈ ਫਾਸਟਵੇ ਨਿਊ ਟੀਮ ਨਾਲ ਗੱਲਬਾਤ ਕਰਦੇ ਆ, ਦੱਸਿਆ ਕਿ ਜਗ੍ਹਾ ਜਗ੍ਹਾ ਸੀਵਰੇਜ ਦਾ ਪਾਣੀ ਬਲੋਕ ਪਿਆ, ਜਿਹਦੇ ਨਾਲ ਵਪਾਰੀਆਂ ਦਾ ਬੜਾ ਬੁਰਾ ਹਾਲ ਹੈ। ਉੱਥੇ ਦੀ ਜਿਹੜੀ ਲੇਬਰ ਆ ਬਿਮਾਰ ਪਈ ਹੈ, ਉਹਦਾ ਕਾਰਨ ਸੀਵਰੇਜ ਦਾ ਇੰਨਾ ਗੰਦਾ ਪਾਣੀ ਹੈ, ਬਦਬੂਦਾਰ ਪਾਣੀ ਹੈ, ਅਤੇ ਜਿੱਥੋਂ ਕਿ ਗੱਡੀਆਂ 'ਤੇ ਕਿ ਪੈਦਲ ਚੱਲਣਾ ਮੁਸ਼ਕਲ ਹੋਇਆ। ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਹ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਇਸ ਵੱਲ ਧਿਆਨ ਦੇਵੇ। ਉਹਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਇਸ ਵੱਲ ਜਲਦ ਤੋਂ ਜਲਦ ਧਿਆਨ ਦੇਵੇ ਅਤੇ ਸਾਫ਼ ਸੁਥਰਾ ਵਾਤਾਵਰਨ ਦੇਵੇ। ਕੈਮਰਾਮੈਨ ਰਾਜਨ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟ ਨਿਊਜ਼, ਅੰਮ੍ਰਿਤਸਰ।